ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਉਮੀਦ ਕਰ ਰਹੇ ਹਾਂ ਕਿ ਤੁਸੀਂ ਠੀਕ ਹੋਵੋਗੇ ਔਰ ਪਰਮਾਤਮਾ ਸਭ ਨੂੰ ਠੀਕ ਰੱਖੇ ਦੋਸਤੋ ਅੱਜ ਦਾ ਜਿਹੜਾ ਦੌਰ ਹੈ ਦੌਰ ਦੇ ਕਈ ਪਹਿਲੂ ਤੇ ਕਈ ਪੜਾਅ ਨੇ ਸਾਡੇ ਨੌਜਵਾਨਾਂ ਦੇ ਅੱਗੇ ਬਹੁਤ ਹੀ ਕੁਐਸਚਨ ਖੜੇ ਹੁੰਦੇ ਐ ਔਰ ਇਹ ਵੀ ਖੜੇ ਹੁੰਦੇ ਐ ਕਿ ਆਖਰ ਆਪਾਂ ਜ਼ਿੰਦਗੀ ਕਿਵੇਂ ਕੱਢਾਂਗੇ ਬਿਕਾਜ਼ ਇਹ ਆਪਾਂ ਸੀਰੀਅਸ ਹੋ ਗਏ ਹਾਂ ਆਪਾਂ ਨੂੰ ਅੱਜ ਅਹਿਸਾਸ ਹੋ ਗਿਆ ਕਿ ਆਪਾਂ ਆਪਣੇ ਪੈਰਾਂ ਤੇ ਖੜਾ ਹੋਣਾ ਪਰ ਸਾਡੇ ਸਾਹਮਣੇ ਇੱਕੋ ਇੱਕ ਰਸਤਾ ਹੈ ਉਹ ਹੈ ਗਵਰਨਮੈਂਟ ਜੋਬ ਦਾ ਇੰਨੀ ਪਹਿਲਾਂ ਅਵੇਅਰਨੈਸ ਨਹੀਂ ਸੀਗੀ ਹਮੇਸ਼ਾ ਇੱਕੋ ਚੀਜ਼ ਦੀ ਪਛਾਣ ਕਰ ਲੋ ਬਲਕਿ ਇਹ ਕਮਰਸ ਦਾ ਇੱਕ ਟਾਪਿਕ ਵੀ ਹੈ ਕਮਰਸ ਦਾ ਇੱਕ ਡਿਫਾਈਨ ਡੈਫੀਨੇਸ਼ਨ ਵੀ ਹੈ ਕਿ ਜਦੋਂ ਕਿਸੇ ਚੀਜ਼ ਦੀ ਮੰਗ ਵੱਧ ਜਾਂਦੀ ਹੈ ਜਦੋਂ ਕਿਸੇ ਚੀਜ਼ ਦੀ ਮੰਗ ਵੱਧ ਜਾਂਦੀ ਹੈ ਨਾ ਤਾਂ ਉਹਦਾ ਪਾ ਵੱਧ ਜਾਂਦਾ ਹੈ ਜਦੋਂ ਕਿਸੇ ਇਨਸਾਨ ਦੀ ਕਹਿੰਦੇ ਆ ਨਾ ਕਿ ਕਦਰ ਵੱਜੇ ਉਹਦੇ ਪਾ ਵੱਧ ਜਾਂਦੇ ਆ ਅੱਜ ਗਵਰਨਮੈਂਟ ਜੋਬ ਦੀ ਮੰਗ ਵਧੀ ਹੈ ਤੇ ਉਹਦੇ ਭਾਵ ਵਧੇ ਪਏ ਆ ਦਰਸਲ ਸਾਨੂੰ ਇਥੋਂ ਤੱਕ 2020 ਦੇ ਵਿੱਚ ਪਤਾ ਲੱਗ ਗਿਆ ਸਾਬਾ ਸਟੇਟ ਦੀ ਗੱਲ ਕਰਦੇ ਆਂ ਤਾਂ ਸਰਕਾਰਾਂ ਹਰ ਵਾਰ ਆਉਣਗੀਆਂ ਹਰ ਵਾਰ ਜਾਣਗੀਆਂ ਇਹ ਪ੍ਰੋਸੈਸ ਅੱਜ ਵੀ ਹੈ ਔਰ ਆਪਣੇ ਤੋਂ ਪਹਿਲਾਂ ਵੀ ਚੱਲਦੀ ਆਈ ਸੀ ਆਪਾਂ ਇਸ ਦੁਨੀਆ ਤੇ ਨਹੀਂ ਸੀਗੇ ਔਰ ਆਪਣੇ ਤੋਂ ਬਾਅਦ ਵੀ ਇਹ ਚੱਲਦੀ ਰਹਿਣੀ ਹੈ ਕੋਈ ਸਰਕਾਰਾਂ ਅੱਜ ਕੋਈ ਆਵੇ ਇਟ ਡਸਨਟ ਮੈਟਰ ਸਾਡੇ ਵਾਸਤੇ ਕੀ ਸਿਸਟਮ ਹੁੰਦਾ ਸਾਡੇ ਵਾਸਤੇ ਜੋ ਪ੍ਰੈਜ਼ੈਂਟ ਸਰਕਾਰ ਵਰਕ ਕਰਦੀ ਹੈ ਉਹ ਵੀ ਉਸ ਤੋਂ ਉਹੀ ਅਨਸਰੇਬਲ ਹੁੰਦੀ ਹੈ ਔਰ ਆਪਾਂ ਉਹਨਾਂ ਨੂੰ ਕੁਐਸਚਨ ਕਰ ਸਕਦੇ ਆਂ ਆਪਾਂ ਮੰਗ ਕਰ ਸਕਦੇ ਆਂ ਸਟੇਟ ਕਿਸੇ ਵੀ ਸਟੇਟ ਦੇ ਵਿੱਚ ਜੋ ਵੀ ਸਰਕਾਰੀ ਭਰਤੀਆਂ ਹੋਣਗੀਆਂ ਉਹ ਹਮੇਸ਼ਾ ਹਮੇਸ਼ਾ ਕੀ ਹੁੰਦਾ ਹੈ ਲਾਸਟ ਪੀਰੀਅਡ ਦੇ ਵਿੱਚ ਜਾ ਕੇ ਹੁੰਦੀਆਂ ਇਸ ਵਕਤ ਅਸੀਂ ਬਹੁਤ ਸਾਰੇ ਉਹ ਲੋਕਾਂ ਸਾਡੇ ਪੇਰੈਂਟ ਸਾਡੇ ਰਿਲੇਟਿਵ ਸਾਡੇ ਜਾਣਕਾਰ ਸਾਡੇ ਰਿਸ਼ਤੇ ਨਾਤੇ ਜਿੰਨੇ ਵੀ ਸਾਡੇ ਨੇ ਕਿਤੇ ਨੇ ਕੀਤੀ ਉਸ ਵਕਤ ਪਹਿਲਾਂ ਤਾਂ ਪੈਂਡੈਮਿਕ ਦੇ ਵਿੱਚੋਂ ਗੁਜ਼ਰੇ ਯਾਨੀ ਕਰੋਨਾ ਦੀ ਮਹਾਮਾਰੀ ਚੋਂ ਗੁਜ਼ਰੇ ਦੂਸਰਾ ਹੁਣ ਸਾਡੇ ਤੇ ਕਈ ਚੀਜ਼ਾਂ ਦੇ ਫਾਈਨੈਂਸ਼ੀਅਲ ਪ੍ਰੋਬਲਮ ਵੀ ਆ ਰਹੇ ਨੇ ਦੋਸਤੋ ਆਖਰ ਆਪਾਂ ਆਪਣੇ ਬਿਹਤਰ ਭਵਿੱਖ ਨੂੰ ਸਜਾਉਣ ਵਾਸਤੇ ਆਪਣੇ ਪੈਰਾਂ ਤੇ ਖੜਾ ਹੋਣ ਵਾਸਤੇ ਔਰ ਆਪਣੇ ਲਈ ਦੁਨੀਆ ਖੜੇ ਹੋ ਕੇ ਤਾੜੀਆਂ ਬਜਾਉਣ ਐਸਾ ਕੀ ਕਰੀਏ ਕਰਨ ਨੂੰ ਬਹੁਤ ਸਾਰੇ ਖੇਤਰ ਹੁੰਦੇ ਨੇ ਪਰ ਅਗਰ ਆਪਾਂ ਗੱਲ ਕਰੀਏ ਕਿ ਪ੍ਰੈਜ਼ੈਂਟ ਟਾਈਮ ਦੇ ਵਿੱਚ ਗਿਣੀ ਚੁਣੀ ਹਰ ਕੋਈ ਇਨਸਾਨ ਇੱਕੋ ਸ਼ਬਦ ਕਹਿੰਦਾ ਹੈ ਕਿ ਕਾਕਾ ਤਿਆਰੀ ਕਰ ਲਓ ਬੇਟਾ ਤਿਆਰੀ ਕਰ ਲਓ ਆਪਣੇ ਪੈਰਾਂ ਤੇ ਖੜੇ ਹੋ ਜਾਓ ਬਿਕੋਜ਼ ਸਰਕਾਰੀ ਨੌਕਰੀ ਸਾਡੀ ਜ਼ਿੰਦਗੀ ਦਾ ਇੱਕ ਅਸੂਲ ਬਦਲ ਦਿੰਦੀ ਹੈ ਲੋਕਾਂ ਦਾ ਨਜ਼ਰੀਆ ਬਦਲ ਦਿੰਦੀ ਹੈ ਮੈਂ ਦੋਸਤੋ ਇਹ ਬਾਰ-ਬਾਰ ਜ਼ਿਕਰ ਕਰਦਾ ਇਸ ਕਰਕੇ ਮੈਂ ਮਹਿਸੂਸ ਕੀਤਾ ਹੈ ਬਹੁਤ ਨਜ਼ਦੀਕ ਤੋਂ ਮਹਿਸੂਸ ਕੀਤਾ ਹੈ ਸਭ ਤੋਂ ਪਹਿਲੀ ਗੱਲ ਹੈ ਕਿ ਸਾਡੀ ਮੁਹਿਮਾ ਘਰ ਬੈਠੇ ਕਰੋ ਤਿਆਰੀ ਘਰ ਬੈਠੇ ਤਿਆਰੀ ਕਰਨ ਦਾ ਇੱਕ ਵਿਜ਼ਨ ਕੀ ਹੈ ਪਿਆਰੇ ਦੋਸਤੋ ਤੁਸੀਂ ਸਾਡੇ ਨਾਲ ਹਮੇਸ਼ਾ ਜੁੜੇ ਰਹੇ ਹੋ ਹਮੇਸ਼ਾ ਤੁਹਾਡੀ ਇੱਜ਼ਤ ਮਾਨ ਕਰੀਦੀ ਹੈ ਔਰ ਕਰਦੇ ਰਵਾਂਗੇ ਗਿਲਜ਼ ਮੈਂਟਰ ਨੇ ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਸਰਕਾਰ ਦੁਆਰਾ ਜੋ ਵੀ ਸਾਨੂੰ ਇਨਪੁਟਸ ਪਤਾ ਲੱਗੇ ਸੀ ਹਰ ਕਿਸੇ ਨੂੰ ਪਤਾ ਲੱਗੇ ਸੀ ਵੀ 1 ਲੱਖ ਸਰਕਾਰੀ ਅਸਾਮੀਆਂ ਇਹਨਾਂ ਨੇ ਦੇਣੀਆਂ ਹਨ 1 ਲੱਖ ਸਰਕਾਰੀ ਅਸਾਮੀਆਂ ਦੇਣ ਦੇ ਵਿੱਚ ਇਹਨਾਂ ਦਾ ਜੋ ਵੀ ਪ੍ਰੋਸੈਸ ਰਿਹਾ ਡਿਲੇ ਹੋ ਗਿਆ ਹੁਣ ਤੁਸੀਂ ਇਹਨਾਂ ਕਿਉਂ ਵੀ ਸਰ ਤੁਸੀਂ ਕਹ ਰਹੇ 1 ਲੱਖ ਤਾਇਆਂ ਨਹੀਂ ਗੀਆਂ ਰੀਜ਼ਨ ਕੀ ਇਹਦੇ ਪਿੱਛੇ ਮੈਂ ਦੱਸ ਦਿੰਨਾ ਕਿ ਮੈਂ ਜੋ ਤੁਹਾਨੂੰ ਗੱਲ ਸਮਝਾਉਣੀ ਚਾਹੁੰਦਾ ਉਸ ਨੂੰ ਦਰਅਸਲ ਤੁਸੀਂ ਸਮਝਣਾ ਹੈ ਸਰਕਾਰ ਨੇ ਜੋ ਕੁਝ ਮਰਜ਼ੀ ਕੀਤਾ ਪਰ ਸਾਡੇ ਸਾਹਮਣੇ 1 ਲੱਖ ਨਹੀਂ ਸਾਨੂੰ ਪੋਸਟ ਚਾਹੀਦੀ ਇੱਕ ਔਰ ਇੱਕ ਪੋਸਟ ਦੇ ਲਈ ਸਾਡੇ ਕੋਲੇ ਉਹ ਤਜਰਬਾ ਸਾਡੇ ਕੋਲੇ ਚੁਟਕਲਾ ਸਾਡੇ ਕੋਲੇ ਇੱਕ ਦਾ ਹੋਣਾ ਲਾਜ਼ਮੀ ਹੈ ਕਹਿੰਦੇ ਆ ਨਾ ਕਿ ਅੱਛਾ ਸਿਆਸਤਦਾਰ ਜਾਂ ਅੱਛਾ ਪਲੇਅਰ ਉਹ ਹੁੰਦਾ ਹੈ ਕਿ ਜੋ ਮੌਕੇ ਦੀ ਤਲਾਸ਼ ਚੁੰਦਾ ਹੈ ਮੌਕਾ ਮਿਲ ਗਿਆ ਉਹਨੂੰ ਕਨਵਰਟ ਕਰ ਦੋ ਆਪਣੀ ਕਾਮਯਾਬੀ 'ਚ ਦੋਸਤੋ ਤੁਹਾਡੇ ਨਾਲ ਹਮੇਸ਼ਾ ਅਸੀਂ 1 ਲੱਖ ਦਾ ਪ੍ਰੋਮਿਸ ਨਹੀਂ ਕਰਦੇ ਆ ਇਹ ਆਏਗਾ ਤਾਂ ਸਾਡੇ ਲਈ ਬਹੁਤ ਚੰਗੀ ਗੱਲ ਹੈ ਅਸੀਂ ਤੁਹਾਡੇ ਲਈ ਅੱਜ ਵੀ ਖੜੇ ਹਾਂ ਕੱਲ ਵੀ ਖੜੇ ਸੀ ਪਰਸੋਂ ਵੀ ਖੜੇ ਹਾਂ ਸਭ ਤੋਂ ਪਹਿਲੀ ਮੰਗ ਹੈ ਕਿ ਆਪਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਇੱਕ ਡਿਜੀਟਲ ਸਟ੍ਰਾਈਕ ਕਰਾਂਗੇ ਫਿਰ ਤੋਂ ਆਸਕ ਕੈਪਟਨ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੇ ਸਪੋਰਟ ਕਰਨੀ ਹੈ ਤਾਂ ਕਿ ਇੱਕ ਵਾਰੀ ਫੇਰ ਆਪਾਂ ਤੇਜ਼ੀ ਲਿਆਵਾਂਗੇ ਕਿ ਤਾਂ ਕਿ ਸਾਰੇ ਪ੍ਰੋਸੈਸ ਬੜੇ ਆ ਭਮੀਰੀ ਵਾਂਗੂ ਤੇਜ਼ ਹੋ ਜਾਣ। ਸਭ ਤੋਂ ਪਹਿਲਾਂ ਜ਼ਿਕਰ ਕਰੀਏ ਤਾਂ ਪੀਸੀਐਸ ਦਾ ਜ਼ਿਕਰ ਆਪਾਂ ਕੀਤਾ ਸੀ ਪੋਸਟਾਂ ਹੋ ਚੁੱਕੀਆਂ। ਇਸ ਤੋਂ ਇਲਾਵਾ ਹੈਲਥ ਅਵੇਅਰਨੈਸ ਦਾ ਜ਼ਿਕਰ ਕੀਤਾ ਸੀ ਪੋਸਟਾਂ ਆ ਚੁੱਕੀਆਂ। ਐਜੂਕੇਸ਼ਨ ਦਾ ਜ਼ਿਕਰ ਕੀਤਾ ਸੀ ਪੋਸਟਾਂ ਆ ਚੁੱਕੀਆਂ। ਰੂਰਲ ਡਿਵੈਲਪਮੈਂਟ ਦੇ ਵਿੱਚ ਜੇਈ ਦੀਆਂ ਪੋਸਟਾਂ ਆਈਆਂ ਹੋਈਆਂ। ਜੇਲਰ ਸੁਪਰੀਡੈਂਟ ਦੀਆਂ ਪੋਸਟਾਂ 35 ਅਨਾਉਂਸ ਹੋ ਗਈਆਂ ਪੀ ਟ੍ਰਿਪਲ ਐਸ ਬੀ ਦੇ ਵਿੱਚ ਜੋ ਕਿ ਡਰਾਫਟਮੈਨ ਦੀਆਂ ਪੋਸਟਾਂ ਅਨਾਉਂਸ ਹੋ ਗਈਆਂ ਔਰ ਇਸ ਤੋਂ ਇਲਾਵਾ ਕਲਰਕ ਦੀਆਂ ਘੱਟੋ ਘੱਟ ਵੀ 3000 ਪਲੱਸ ਪੋਸਟਾਂ ਭਰੀਆਂ ਜਾਣਗੀਆਂ ਇਹ ਮੈਂ ਅੱਜ ਔਨ ਰਿਕਾਰਡ ਕਹਿ ਰਿਹਾ ਤੁਹਾਨੂੰ ਕੱਲ ਵੀ ਹੂੰ ਕਵਾਂਗਾ ਨੈਪ ਤਹਿਸੀਲਦਾਰ ਦੀਆਂ ਪੋਸਟਾਂ ਲਿਖੀਆਂ ਗਈਆਂ ਸੀ ਤਕਰੀਬਨ ਤੁਸੀਂ ਪੁਰਾਣਾ ਲੈਕਚਰ ਦੇਖ ਲਓ ਜਾ ਕੇ ਔਰ ਪੋਸਟਾਂ ਆਊਟ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਦੱਸਤਾ ਸੀਗਾ ਬਿਕਾਜ਼ ਇੱਥੇ ਲਗਭਗ ਆਪਣੇ 75 ਪਲੱਸ ਪੋਸਟਾਂ ਆਊਟ ਹੋਣਗੀਆਂ ਕਾਨਗੋ ਦੀਆਂ ਪੋਸਟਾਂ ਆਊਟ ਹੋਣੀਆਂ ਪਟਵਾਰੀ ਦੀਆਂ ਪੋਸਟਾਂ ਤਾਂ ਲੇਟੈਸਟ ਇਸੇ ਹਫ਼ਤੇ ਦੇ ਵਿੱਚ ਜਾਂ ਤੁਹਾਨੂੰ ਸਾਨੂੰ 100% ਜੋ ਵੀ ਗੱਲਬਾਤ ਹੋਈ ਹੈ ਮੈਂ ਪਰਸਨਲੀ ਪੀਟ੍ਰੀਪਲ ਐਸਵੀ ਬੋਰਡ ਦੇ ਵਿੱਚ ਗਿਆ ਹਾਂ ਔਰ ਉੱਥੋਂ ਪਲੀਜ਼ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਯਾਰ ਤੁਸੀਂ ਹੁਣ ਸਾਡਾ ਖੂਨ ਨਾ ਚੂਸੋ ਹੁਣ ਸਾਡੇ ਚ ਖੂਨ ਨਹੀਂ ਬਚਿਆ ਬਹੁਤ ਹੋ ਗਿਆ ਪਲੀਜ਼ ਕਹਿੰਦੇ ਐ ਪਲੀਜ਼ ਥੋੜਾ ਹੋਰ ਵੇਟ ਕਰ ਲੋ ਵਿਦਿਨ ਅ ਵੀਕ ਤੁਹਾਨੂੰ ਸਭ ਕੁਝ ਮਿਲ ਜਾਏਗਾ ਦੋਸਤੋ ਇਸ ਮੁਹਿੰਮ ਦੇ ਵਿੱਚ ਅਸੀਂ ਕੰਟੀਨਿਊ ਤੁਹਾਡੀ ਹੈਲਪ ਕਰਦੇ ਰਵਾਂਗੇ ਮੈਨੂੰ ਇਹ ਕਿਉਂ ਸੁਚੇਤ ਕਰਨਾ ਪੈ ਰਿਹਾ ਕਿਉਂਕਿ ਸਾਨੂੰ ਕੋਈ ਪੰਜਾਬ ਦਾ ਮੀਡੀਆ ਨਹੀਂ ਚੀਜ਼ਾਂ ਦੱਸੇਗਾ ਵੀ ਕਿਹੜੀ ਭਰਤੀ ਆ ਰਹੀ ਹੈ ਕਿ ਸਿਲੇਬਸ ਦੀ ਪ੍ਰੈਪਰੇਸ਼ਨ ਹੈ ਕਿਵੇਂ ਕਰ ਲੋ ਕਿਵੇਂ ਨਹੀਂ ਹੈ ਔਰ ਇਹਦੇ ਵਿੱਚ ਮੈਂ 2-4 ਚੀਜ਼ਾਂ ਹੋਰ ਵੀ ਐਡ ਕਰ ਲਾ ਚਾਹਾਂਗਾ ਜਿਵੇਂ ਕਿ ਅਗਰ ਕੋਆਪਰੇਟਿਵ ਬੈਂਕ ਦੀਆਂ ਪੋਸਟਾਂ ਹਨ ਤਾਂ ਬੈਂਕ ਦੀਆਂ ਪੋਸਟਾਂ ਦੀ ਰਜਿਸਟ੍ਰੇਸ਼ਨ ਪ੍ਰੋਸੈਸ ਡਿਲੇ ਹੈ ਪਿਛਲੇ ਸਾਲ 15 ਅਗਸਤ ਨੂੰ ਤੁਹਾਨੂੰ ਪਤਾ ਹੈ ਕਿ ਪਾਵਰਕਾਮ ਦੇ ਵਿੱਚ ਲਗਭਗ 1798 ਪੋਸਟਾਂ ਦੀ ਪ੍ਰੋਸੈਸ ਡਿਲੇ ਹੋਈ ਸੀ ਤਾਂ ਪੰਜਾਬ ਦੇ ਵਿੱਚੋਂ ਜੋ ਤੁਸੀਂ ਕਹਿੰਦੇ ਸਾਡੇ ਆ ਕੋਚਿੰਗ ਸੈਂਟਰ ਆ ਸਾਡੇ ਕੋਚਿੰਗ ਸੈਂਟਰ ਹੈ ਉਸ ਕੋਚਿੰਗ ਸੈਂਟਰ ਵਾਲੀ ਦੀ ਜਰੂਰਤ ਨਹੀਂ ਹੈ ਕਿ ਕਿਸੇ ਸਰਕਾਰ ਦੇ ਖਿਲਾਫ ਉਹ ਡੰਕਾ ਵਜਾ ਦੇਣ ਤੁਹਾਡੇ ਲਈ ਸਿਰਫ ਤੁਹਾਨੂੰ ਕੀ ਕਰ ਸਕਦੇ ਨੇ ਪੈਂਪਲੇਟ ਦੇ ذریعے ਉਹ ਆਪਣੇ ਦਿਖਾ ਸਕਦੇ ਨੇ ਅਸੀਂ ਇੰਨੇ ਸਿਲੈਕਸ਼ਨ ਕਰਾਤੀ ਓਨੇ ਸਿਲੈਕਸ਼ਨ ਕਰਾਤੀ ਹੈ ਦੋਸਤੋ इमोਸ਼ਨਲੀ ਔਰ ਫਿਜ਼ੀਕਲੀ ਤੁਹਾਡੇ ਨਾਲ ਖੜੇ ਹੋਣੇ ਚਾਹੀਦੇ ਹੈ ਕਾਨਫਰੈਂਸ ਕੀਤੀ ਸੀਗੀ ਠੀਕ ਹੈ ਚੰਡੀਗੜ੍ਹ ਦੇ ਵਿੱਚ ਕਾਨਫਰੰਸ ਕੀਤੀ ਸੋ ਇਸ ਕਾਨਫਰੰਸ ਦਾ ਅਸਰ ਹੋਇਆ ਨਾਤੇ ਕਿ ਕੋਈ ਨਾ ਕੋਈ ਇਨਸਾਨ ਆਵਾਜ਼ ਚੁੱਕਦਾ ਹੈ ਕਿਸੇ ਦੀ ਹਿੰਮਤ ਨਹੀਂ ਹੈ ਅਸੀਂ ਕੋਚਿੰਗ ਸੈਂਟਰਾਂ ਵਾਲਿਆਂ ਨੂੰ ਮੱਥਾ ਮਾਰ ਲਿਆ ਕਿ ਆਸਕ ਕੈਪਟਨ ਜਾਂ ਟਵਿੱਟਰ ਤੇ ਜਾ ਕੇ ਮੁਹਿੰਮ ਛੇੜ ਦੋ ਕੋਈ ਨਹੀਂ ਕਰੇਗਾ ਸਾਥੀਓ ਅਸੀਂ ਇੱਕ ਮੁਹਿੰਮ ਬਣਾਈ ਹੈ ਕਿ ਕੋਈ ਵੀ ਸਟੂਡੈਂਟ ਆਫਲਾਈਨ ਕੋਚਿੰਗ ਸੈਂਟਰ ਚ ਨਹੀਂ ਜਾਏਗਾ ਠੀਕ ਹੈ ਇਹ ਮੈਂ ਇਹ ਨਹੀਂ ਕਹਿ ਰਿਹਾ ਵੀ ਨਾ ਜਾਓ ਮੇਰਾ ਮਤਲਬ ਹੈ ਬੇਸ਼ੱਕ ਜਾਓ ਅੱਛਾ ਪੜ੍ਹਾਏਗਾ ਹਰ ਕੋਈ ਬੰਦਾ ਪੜ੍ਹਾਏਗਾ ਕੋਈ ਦਿੱਕਤ ਨਹੀਂ ਹੈ ਇਟਸ ਯੋਰ ਚੁਆਇਸ ਬਟ ਅਸੀਂ ਮਹਤਾਜ ਨਹੀਂ ਕਰਨਾ ਚਾਹੁੰਦੇ ਕਿਉਂ ਨਹੀਂ ਕਰਨਾ ਚਾਹੁੰਦੇ ਬਿਕੋਜ਼ ਹੁਣ ਭਰਤੀਆਂ ਦਾ ਸੀਜ਼ਨ ਆ ਗਿਆ ਇਹਨਾਂ ਆਫਲਾਈਨ ਕੋਚਿੰਗ ਸੈਂਟਰਾਂ ਦੇ ਵਿੱਚ ਇਹ ਮੰਨ ਲਓ ਕਿ 15000 ਦੀ ਫੀਸ ਪੱਕੀ ਹੈ ਐ ਠੱਪਾ ਸਮਝ ਲਓ ਤੁਸੀਂ ਬਹੁਤੇ ਬੱਚਿਆਂ ਨੇ ਕਈ ਕੋਚਿੰਗ ਸੈਂਟਰਾਂ 'ਚ ਇਨੀ ਇਨੀ ਫੀਸ ਭਰਤੀ 15 ਤੋਂ ਲੈ ਕੇ 20-20000 ਰੁਪਏ ਤੱਕ ਦੀ ਫੀਸ ਭਰਤੀ ਕੀ ਉਹ ਬੱਚੇ ਪਟਵਾਰੀ ਬਣਾਤੇ ਮਤਲਬ ਕੀ ਹੈ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਨਾ ਜਾਓ ਮੈਂ ਇਹ ਕਹਿ ਰਿਹਾ ਤੁਸੀਂ ਥੋੜੀ ਬਿਹਤਰੀ ਲਈ ਜਾਣਾ ਹੈ ਪਰ ਅੱਜ ਉਹ ਚੀਜ਼ਾਂ ਬਹੁਤ ਸਾਰੀਆਂ ਤੁਹਾਨੂੰ ਆਨਲਾਈਨ ਅਵੇਲੇਬਲ ਹੈ ਅਵੇਲੇਬਿਲਿਟੀ ਹੈ ਤੁਸੀਂ ਘਰੇ ਬੈਠ ਕੇ ਆਪਣਾ ਸਮਾਂ ਬਚਾ ਸਕਦੇ ਹੋ ਤੁਹਾਨੂੰ ਕਿਸੇ ਅਗਰ ਮੈਂ ਦਿਹਾਤੀ ਖੇਤਰਾ ਦੀ ਗੱਲ ਕਰਾਂ ਤਾਂ ਕਿਸੇ ਵੀ ਮੇਰੇ ਦੋਸਤ ਕਿਸੇ ਵੀ ਭੈਣ ਭਰਾ ਨੂੰ ਉੱਠ ਕੇ ਕਿਸੇ ਬੱਸ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ ਕਿਸੇ ਹੋਰ ਚੀਜ਼ਾਂ ਦੀ ਜ਼ਰੂਰਤ ਨਹੀਂ ਹੈ ਮੋਬਾਈਲ ਆਪਣੇ ਕੋਲੇ ਆ ਟਿਕਟੋਕ ਇਸ ਦੁਨੀਆ ਤੋਂ ਚਲਿਆ ਗਿਆ ਹੈ ਯਾਨੀ ਇੰਟਰਨੈਟ ਦੀ ਸਹੂਲਤ ਬਚ ਗਈ ਹੈ ਪਲੀਜ਼ ਥੋੜਾ ਬੱਜਾਂਗੇ ਤਾਂ ਮੇਰੀ ਇੱਕੋ ਚੀਜ਼ ਯਾਦ ਰੱਖ ਲਓ ਮੈਂ ਬਾਰ-ਬਾਰ ਇਹ ਗੱਲ ਕਹਾਂਗਾ ਅੱਜ ਵੀ ਕਹਾਂਗਾ ਕੱਲ੍ਹ ਵੀ ਕਹਾਂਗਾ ਅੱਜ ਕਿਸੇ ਦਫ਼ਤਰ ਦੇ ਵਿੱਚ ਇੱਕ ਸਿੰਗਲ ਕਾਗਜ਼ ਅਗਰ ਸਾਨੂੰ ਲੈਣ ਦੇ ਵਿੱਚ ਦਿਲੇ ਹੋ ਜਾਏ ਨਾ ਤੇ ਆਪਾਂ 10 ਵਾਰ ਖੜੇ ਕਰਦੇ ਹਾਂ ਕਿ ਯਾਰ ਇਹੋ ਜਿਹਾ ਅਫਸਰ ਹੈ ਪਲੀਜ਼ ਕੋਸ਼ਿਸ਼ੇ ਕਰੋ ਕਿ ਉਸ ਜਗ੍ਹਾ ਤੇ ਇੰਨੀ ਮਿਹਨਤ ਕਰੋ ਕਿ ਖੁਦ ਜਾ ਕੇ ਬੈਠ ਜਾਓ ਖੁਦ ਜਾ ਕੇ ਬੈਠ ਜਾਓ ਦੋਸਤੋ ਮੈਂ ਕਿਸੇ ਲੀਡਰ ਦੀ ਪ੍ਰਸ਼ੰਸਾ ਨਹੀਂ ਕਰ ਰਿਹਾ ਪੱਖ ਨਹੀਂ ਲੈ ਰਿਹਾ ਇਹ ਔਨ ਰਿਕਾਰਡ ਯਾਨੀ ਬੁੱਕ छਪੀ ਹੋਈ ਹੈ ਉਸ ਬੁੱਕ ਦੇ ਵਿੱਚ ਵੀ ਤੁਸੀਂ ਪੜ ਸਕਦੇ ਹੋ ਮਾਈ ਜਰਨੀ ਠੀਕ ਹੈ ਦਰਸਲ ਕੀ ਸੀਗਾ ਕਿ ਜਦੋਂ ਦਿੱਲੀ ਦੇ ਵਿੱਚ ਇਹ ਚੀਜ਼ਾਂ ਚੇਂਜ ਹੋਣੀਆਂ ਸੀ ਸਰਕਾਰਾਂ ਦੇ ਸਿਸਟਮ ਢਾਂਚੇ ਚੇਂਜ ਹੁੰਦੇ ਸੀਗੇ ਤਾਂ ਇਹ ਜਿਹੜੀ ਮੁਹਿੰਮ ਚੱਲੀ ਸੀਗੀ ਐਂਟੀ ਕ腐ਪਸ਼ਨ ਪਾਰਟੀ ਦੀ ਮੁਹਿੰਮ ਚੱਲੀ ਸੀ ਜਦੋਂ ਦਿੱਲੀ ਦੇ ਵਿੱਚ ਅਨਾਹਜਾਰੇ ਆंदोलਨ ਤੇ ਬੈਠਾ ਸੀਗਾ ਉਦੋਂ ਇਹਨਾਂ ਨੇ ਸੋਚਿਆ ਵੀ ਇਸ ਇਸ ਸਿਸਟਮ ਨੂੰ ਅਸੀਂ ਐ ਨਹੀਂ ਸੁਧਾਰ ਸਕਦੇ ਸਿਸਟਮ ਦੇ ਵਿੱਚ ਸਾਨੂੰ ਖੁਦ ਜਾਣਾ ਪਏਗਾ ਤਦ ਜਾ ਕੇ ਦਿੱਲੀ ਦੇ ਵਿੱਚ ਇੱਕ ਪਾਰਟੀ ਬਣੀ ਸੀ ਐਂਟੀ ਕ腐ਪਸ਼ਨ ਪਾਰਟੀ ਬਣੀ ਸੀ ਔਰ ਬਾਅਦ ਦੇ ਵਿੱਚ ਉਹਦਾ ਨੇਮ ਚੇਂਜ ਕਰਕੇ ਆਮ ਆਦੀ ਪਾਰਟੀ ਰੱਖਿਆ ਗਿਆ ਤੋਂ ਸੱਤਾ ਦੇ ਵਿੱਚ ਆਏ ਪਰਿਵਰਤਨ ਹੋਇਆ ਸਾਨੂੰ ਦੇਖਿਆ ਵੀ ਹੈ ਮੈਂ ਕਿਸੇ ਦੀ ਪੱਖ ਨਹੀਂ ਲੈ ਰਿਹਾ ਬਟ ਮੈਂ ਅچھے ਇਨਸਾਨ ਦੀ ਅੱਛ ਇਹ ਬੁੱਕ ਦੇ ਵਿੱਚ ਲਿਖਿਆ ਗਿਆ ਸੀ ਔਨ ਰਿਕਾਰਡ ਸਬੰਧ ਦੇ ਹੈ ਸਿਸਟਮ ਕੀ ਹੈ ਕਿ ਅੱਜ ਤੁਸੀਂ ਅਗਰ ਇੱਕ ਸਿਲੈਕਟ ਹੋ ਕੇ ਅੱਛੀ ਜਗ੍ਹਾ ਜਾਣੇ ਹੋ ਤਾਂ ਦੇਨ ਤੁਸੀਂ ਇਹਨਾਂ ਪ੍ਰੋਸੈਸ ਨੂੰ ਫਾਸਟ ਕਰ ਸਕਦੇ ਹੋ ਡੈਫੀਨਿਟਲੀ ਤਾਂ ਦੋਸਤੋ ਇਸੇ ਮੁਹਿਮ ਦੇ ਤਹਿਤ ਥੋੜੀ ਜ਼ਿੰਮੇਵਾਰੀ ਸਾਡੇ ਹੱਥੇ ਕਮਿਸ਼ਨ ਚਲਾਇਆ ਹੈ ਇਸ ਮਿਸ਼ਨ ਦੇ ਤਹਿਤ ਤੁਹਾਨੂੰ ਕਿਸੇ ਵੀ ਨੂੰ ਉੱਠ ਕੇ ਘਰੋਂ ਬਾਹਰ ਜਾਣ ਦੀ ਲੋੜ ਨਹੀਂ ਹੈ ਕੰਪਲੀਟ ਸਟੱਡੀ ਮਟੀਰੀਅਲ ਕੰਪਲੀਟ ਸਭ ਕੁਝ ਤੁਹਾਨੂੰ ਸਾਡੇ YouTube ਚੈਨਲ ਤੇ ਦਿੱਤਾ ਜਾ ਰਿਹਾ ਹੈ ਕੀ ਕੁਝ ਦਿੱਤਾ ਜਾ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹਦੇ 'ਚ ਮੈਂ ਤੁਹਾਨੂੰ ਐਡ-ਆਨ ਕਰਨਾ ਚਾਹਾਂਗਾ ਕਿ ਸੁਪਰ ਐਕਸਪ੍ਰੈਸ ਕਮਿੰਗ ਸੂਨ ਸੁਪਰ ਐਕਸਪ੍ਰੈਸ ਕਮਿੰਗ ਸੂਨ ਦਾ ਮਤਲਬ ਤੁਸੀਂ ਸੋਚ ਨਹੀਂ ਸਕਦੇ ਕਿ ਕੀ ਹੋਏਗਾ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਹੋਏਗਾ ਕਿ ਜਿਵੇਂ ਟੀਵੀ ਚੱਲਦਾ ਸਾਰਾ ਦਿਨ ਤੁਹਾਨੂੰ ਕਦੇ ਉਹ ਟਿਕ ਟਿਕ ਸਟਾਰ ਦੇ ਨਾਲ ਤੁਹਾਨੂੰ ਦਿਖਾ ਦੇਣਗੇ ਜਿਵੇਂ ਅੱਜ ਤੱਕ ਨੈਸ਼ਨਲ মিডিਆ ਐਦਾਂ ਹੀ ਸਾਡਾ ਇੱਕ ਪਲੈਟਫਾਰਮ ਹੋਵੇ ਜਿੱਥੇ ਸਾਰਾ ਦਿਨ ਸਟੱਡੀ ਹੋਵੇ ਸਾਰਾ ਦਿਨ ਸਟੱਡੀ ਹੋਵੇ ਐਦਾਂ ਦੀ ਪਲਾਨ ਗਿਲਜ਼ 멘ਟਰ ਲੈ ਕੇ ਆ ਰਿਹਾ ਬਹੁਤ ਜਲਦੀ ਤੁਹਾਡਾ ਹੱਥ ਰਿਹਾ ਤੁਹਾਡਾ ਪਿਆਰ ਰਿਹਾ ਤਾਂ ਬਹੁਤ ਜ਼ਰੂਰੀ ਲੈ ਕੇ ਪਹੁੰਚਾਂਗੇ ਦੋਸਤੋ ਤੁਹਾਨੂੰ ਗਿਲਜ਼ 멘ਟਰ ਕਿਉਂ ਚੂਜ਼ ਕਰਨਾ ਚਾਹੀਦਾ ਹੈ ਠੀਕ ਹੈ ਤੁਡੇ ਸਾਡੇ ਕੋਲੇ ਹੈ ਕੀ ਹੈ ਸਾਡੇ ਕੋਲੇ ਕੀ ਹੈ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਗਵਰਨਮੈਂਟ ਐਗਜ਼ਾਮਸ ਕ੍ਰੈਕਡ ਟੀਚਰਸ ਨੇ ਇਹ ਨਿੰਗਾ ਕਿ ਗਵਰਨਮੈਂਟ ਐਗਜ਼ਾਮ ਟੀਚਰ ਦਾ ਮਤਲਬ ਕੀ ਹੈ ਹੁਣ ਤੁਹਾਡੇ ਚ ਵੀ ਕੋਈ ਹੈ ਜਿਸ ਜਿਸ ਇਨਸਾਨ ਨੇ ਆਪਣੇ ਐਗਜ਼ਾਮ ਨੂੰ ਫੇਸ ਕੀਤਾ ਹੈ ਉਹਨੂੰ ਸਭ ਪਤਾ ਹੈ ਕਿ ਐਗਜ਼ਾਮ ਦਾ ਸਿਲੇਬਸ ਕੀ ਹੈ ਐਗਜ਼ਾਮ ਦਾ ਪੇਨ ਕੀ ਹੈ ਐਗਜ਼ਾਮ ਕਿੱਥੋਂ ਆ ਸਕਦਾ ਹੈ ਕੀ ਸਟਰੈਟਜੀ ਹੋ ਸਕਦੀ ਹੈ ਐਵਰੀਥਿੰਗ ਦੂਜੀ ਗੱਲ ਹੈ ਸਾਡੇ ਕੋਲ ਰਿਜ਼ਲਟ ਹੈ ਔਰ ਰਿਜ਼ਲਟ ਦੀ ਸਾਨੂੰ ਜ਼ਰੂਰਤ ਨਹੀਂ ਹੈ ਦੱਸਣ ਦੀ ਅੱਜ ਤੁਸੀਂ ਆਨਲਾਈਨ ਤੇ ਕਿਤੇ ਵੀ ਪਾਉਂਗੇ ਨਾ ਕਿ ਸਾਨੂੰ ਸਭ ਤੋਂ ਪਹਿਲਾਂ ਕਿੱਥੇ ਤਿਆਰੀ ਕਰਨੀ ਚਾਹੀਦੀ ਹੈ ਤਾਂ ਤੁਹਾਨੂੰ ਗਿਲਜ਼ ਮੈਂਟਰ ਹੀ ਪ੍ਰੈਫਰੈਂਸ ਦਿੱਤੀ ਜਾਏਗੀ ਦੋਸਤੋ ਅਸੀਂ ਫ੍ਰੀ ਦੇ ਵਿੱਚ ਤੁਹਾਨੂੰ ਕੀ ਕਰਾ ਰਹੇ ਹਾਂ ਮੌਕ ਟੈਸਟ ਪ੍ਰੈਪਰੇਸ਼ਨ ਕਰਾ ਰਹੇ ਹਾਂ ਤੁਸੀਂ ਕਿਤੇ ਵੀ ਕੋਚਿੰਗ ਸੈਂਟਰ ਚੋਂ ਪੜ ਰਹੇ ਹੋ ਕਿਸੇ ਦੀ ਐਪ ਤੋਂ ਸਟੱਡੀ ਕਰ ਰਹੇ ਹੋ ਕਿਸੇ ਮੈਗਜ਼ੀਨ ਚੋਂ ਪੜ ਰਹੇ ਹੋ ਕਿਸੇ ਬੁੱਕਸ ਚੋਂ ਪੜ ਰਹੇ ਹੋ ਠੀਕ ਹੈ ਇਸ ਤੋਂ ਇਲਾਵਾ ਤੁਸੀਂ ਕਿਤੋਂ ਵੀ ਸਟੱਡੀ ਕਰ ਰਹੇ ਹੋ ਤਾਂ ਪਲੀਜ਼ ਮੈਂ ਤੁਹਾਨੂੰ ਇਹੋ ਕਹਾਂ ਤੁਸੀਂ ਫ੍ਰੀ ਦੇ ਵਿੱਚ ਟੈਸਟ ਲਾਓ ਕੁਆਲਿਟੀ ਦੇ ਟੈਸਟ ਹੈ ਇਹਨਾਂ ਟੈਸਟਾਂ ਨੂੰ ਬਿਲਕੁਲ ਅਸੀਂ ਖੁਦ ਬਿਲਕੁਲ ਖੁਦ ਇਹਨਾਂ ਨੂੰ ਮੋਨੀਟਰ ਕਰਕੇ ਬਣਾ ਰਹੇ ਹਾਂ ਔਰ ਤੁਹਾਨੂੰ ਤਾਂਕੀ ਤੁਹਾਨੂੰ ਅੱਛੇ ਤਰੀਕੇ ਨਾਲ ਇਹ ਪਤਾ ਲੱਗ ਜਾਏ ਕਿ ਤੁਹਾਡੀ ਤਿਆਰੀ ਕਿੱਥੇ ਹੈ ਤੁਹਾਨੂੰ ਤੁਹਾਡੀਆਂ ਕਮੀਆਂ ਕਿੱਥੇ ਨੇ ਉਹਨਾਂ ਕਮੀਆਂ ਤੇ ਕਿਦਾਂ ਪਕੜ ਪਾਈ ਜਾ ਸਕਦੀ ਯੂ نو ਕਿ ਕੰਪੀਟੀਸ਼ਨ ਦਿਨੋਂ ਪ੍ਰਤੀ ਦਿਨ ਕਿੰਨਾ ਫਾਸਟ ਹੁੰਦਾ ਜਾ ਰਿਹਾ ਹੈ ਇਸੇ ਮੁਹਿੰਮ ਦੇ ਵਿੱਚ ਦੋਸਤੋ ਅਸੀਂ ਕੰਟੀਨਿਊ ਹਰ ਬੱਚੇ ਨੂੰ ਬੂਸਟ ਕੀਤਾ ਬਹੁਤੇ ਬੱਚਿਆਂ ਨੂੰ ਲੱਗਿਆ ਅਸੀਂ ਸਰਵੇ ਵੀ ਕੀਤਾ ਬਹੁਤੇ ਬੱਚੇ ਕਹਿੰਦੇ ਸਰ ਕਿ YouTube ਦੇ ਉੱਪਰ ਅੱਜ ਮੈਂ ਕੀ ਐਗਜ਼ਾਮਪਲ ਦੇ ਤੌਰ ਤੇ ਵੀ ਆਈ ਬੈਂਕ ਦੀ ਪੋਸਟ ਹੈ ਬੈਂਕ ਦੇ ਵਿੱਚ ਚਾਰ ਸਿਲੇਬਸ ਨੇ ਮੇਨ ਔਰ ਪਟਵਾਰੀ ਦੇ ਵਿੱਚ ਗੱਲ ਕਰੀਏ ਨੌ ਸਬਜੈਕਟ ਹੈ 13 ਸਬਜੈਕਟ 1 ਘੰਟੇ ਦੇ ਵਿੱਚ ਰਨ ਨਹੀਂ ਕਰ ਸਕਦੇ ਸਟੂਡੈਂਟਸ ਦੀ ਡਿਮਾਂਡ ਤੇ ਫਿਰ ਅਸੀਂ ਸਪੈਸ਼ਲ ਇੱਕ ਬੈਚਸ ਅਨਾਉਂਸ ਕੀਤੇ ਉਹਨਾਂ ਬੈਚਸ ਦੇ ਵਿੱਚ ਅਸੀਂ ਬਣਾਇਆ ਕਿ ਯਾਰ ਆਪਾਂ ਕੀ ਬਿਹਤਰ ਕਰ ਸਕਦੇ ਆ ਬਿਹਤਰ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਆਫਲਾਈਨ ਕੋਚਿੰਗ ਸੈਂਟਰਾਂ 'ਚ ਪੜ੍ਹਦੇ ਹੋ ਜਾ ਕੇ ਤੁਹਾਨੂੰ ਵੱਧ ਤੋਂ ਵੱਧ ਕੀ ਹੈ 3 ਮਹੀਨੇ ਪੜਾਇਆ ਜਾਏਗਾ ਪਲੱਸ 3 ਮਹੀਨਿਆਂ ਬਾਅਦ 1 ਮਹੀਨਾ ਖਿੱਚ ਦੂ ਕਿ ਹੋਰ ਤੁਹਾਨੂੰ ਨਾਕਾ ਲਾ ਲੇਗਾ 4 ਮਹੀਨਿਆਂ ਬਾਅਦ ਤੁਹਾਨੂੰ ਉਥੋਂ ਬੈਚ ਤੁਹਾਡਾ ਆਫ ਕਰ ਦਿੱਤਾ ਜਾਏਗਾ ਤੁਹਾਡੇ ਹੱਥ 'ਚ ਬੁੱਕਸ ਦੇ ਰਟੇ ਰਟਾਏ ਸ਼ਬਦਾਵਲੀ ਦਿੱਤੀ ਜਾਏਗੀ ਚਲੋ ਜਾਓ ਦੈਟਸ ਇਟ ਬਹੁਤ ਜਣੇ ਪਾਸ ਵੀ ਹੁੰਦੇ ਬਹੁਤ ਜਣੇ ਨਹੀਂ ਵੀ ਹੁੰਦੇ ਬਟ ਸਾਡੀ ਕੀ ਹੁੰਦਾ ਨਾ ਸਾਡੇ ਤੇ ਫਰਸਟ੍ਰੇਸ਼ਨ ਹੁੰਦੀ ਇਹ ਹੀ ਵੱਜ ਜਾਂਦੀ ਹੈ ਕਿ ਆਪਾਂ ਜਦੋਂ ਕਿਤੇ ਪੜਦੇ ਵੀ ਆਂ ਮਿਹਨਤ ਕਰਕੇ ਨਹੀਂ ਰਿਜ਼ਲਟ ਹੁੰਦਾ ਫਿਰ ਸਾਨੂੰ ਦਿੱਕਤ ਆਉਂਦੀ ਹੈ ਦੋਸਤੋ ਸਿਲੈਕਸ਼ਨ ਇਸ ਗੱਲ 'ਚ ਕਦੇ ਦੁਹਰਾਈ ਨਹੀਂ ਹੈ ਸਿਲੈਕਸ਼ਨ ਉਸੇ ਇਨਸਾਨ ਦਾ ਹੋਏਗਾ ਜੋ ਇਨਸਾਨ ਆਪਣੇ ਪੈਸ਼ਨ ਨੂੰ ਆਪਣੇ ਜਨੂਨ ਨੂੰ ਸਮਝ ਆ ਗਿਆ बिकॉज ਉਹ ਸਭ ਤੋਂ ਵੱਡਾ ਮੈਟਰ ਹੁੰਦਾ ਹੈ ਇਹ ਵੀਡੀਓ ਬਹੁਤ ਸਪੈਸ਼ਲ ਹੋਣ ਵਾਲੀ ਹੈ ਪਲੀਜ਼ ਇਸ ਨੂੰ ਬੇਨਤੀ ਹੈ ਸ਼ੇਅਰ ਜ਼ਰੂਰ ਕਰ ਦਿਓ ਤੁਸੀਂ ਜਿੱਥੋਂ ਮਰਜੀ ਪੜੋ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਡੇ ਤੋਂ ਪੜੋ ਪਰ ਮੈਂ ਤੁਹਾਨੂੰ ਸਹੀ ਰਸਤਾ ਜ਼ਰੂਰ ਦਿਖਾਵਾਂਗਾ ਸਹੀ ਰਸਤਾ ਦਿਖਾਉਣਾ ਮੇਰੀ ਜ਼ਿੰਮੇਵਾਰੀ ਹੈ ਦੋਸਤੋ ਇਹਦੇ ਵਿੱਚ ਇੱਕ ਪ੍ਰੋਬਲਮ ਕੀ ਹੈ ਕਿ ਅਸੀਂ 100% ਵਰਕਿੰਗ ਕਰ ਰਹੇ ਹਾਂ ਹੋ ਸਕਦਾ ਸਾਡੀ ਵਰਕਿੰਗ 'ਚ ਬਹੁਤ ਸਾਰੀਆਂ ਕਮੀਆਂ ਹੋਣ ਪਰੰਤੂ ਜੋ ਅਸੀਂ ਕਰ ਰਹੇ ਹਾਂ ਉਹ ਤੁਹਾਨੂੰ ਮੈਂ ਜ਼ਰੂਰ ਐਕਸਪ੍ਰੈਸ ਕਰਾਂਗਾ ਸਾਡੇ ਜੋ ਸਪੈਸ਼ਲ ਕਲਾਸਿਸ ਦੇ ਬੱਚੇ ਨੇ ਡੇਲੀ ਕਲਾਸਿਸ ਮਿਲਦੀਆਂ ਪਲੱਸ ਉਹਦੇ ਨਾਲ ਕੀ ਹੈ ਕਿ ਇਹਨਾਂ ਦਾ ਕੀ ਹੈ ਕਿ ਤੁਸੀਂ ਤੁਸੀਂ ਮਜ਼ਾਕ ਮੰਨੋਗੇ ਸਾਨੂੰ ਹਜ਼ਾਰਾਂ ਜਣੇ ਨੇ ਕਹਤਾ ਜਿਵੇਂ ਮੈਂ ਤੁਹਾਡੇ ਸਾਹਮਣੇ ਬਿਲਕੁਲ ਤੱਥ ਰੱਖਦਾ ਹਾਂ ਸਾਡੇ ਕੋਰਸ ਦੀ ਫੀਸ ਹੈ ਓਨਲੀ ਪਟਵਾਰੀ ਦੀ 2000 ਰੁਪਏ ਸਮਝ ਆ ਗਿਆ ਹੁਣ 2000 ਮੈਨੂੰ ਕਈਆਂ ਨੇ ਮਜ਼ਾਕ ਕਰਕੇ ਕੋਚਿੰਗ ਸੈਂਟਰਾਂ ਵਾਲੇ ਨੇ ਕਿਹਾ ਕਹਿੰਦੇ ਤੁਸੀਂ ਕਰੀ ਕੀ ਜਾਣਦੇ ਹੋ ਠੀਕ ਹੈ ਮੈਂ ਕਿਹਾ ਕਿਉਂ ਕਹਿੰਦੇ ਸਰ ਜੀ ਕੀ ਗੱਲ ਕਰਦੇ ਹੋ ਵੀ ਤੁਸੀਂ ਘੱਟੋ ਘੱਟ ਬਾਜ਼ਾਰ ਚ 200 ਰੁਪਏ ਦੀ ਕਿਤਾਬ ਦਾ ਰੇਟ ਲਾਉਂਗੇ ਨਾ 9 ਕਿਤਾਬਾਂ ਦਾ ਮੁੱਲ 1800 ਰੁਪਏ ਪੈਂਦਾ ਤੁਸੀਂ 1800 ਦੇ ਵਿੱਚ ਸਾਰਾ ਕੁਝ ਹੀ ਦੇਈ ਜਾਂਦੇ ਹੋ ਮੈਂ ਕਿਹਾ ਜੀ ਸਰ ਇਹ ਬੱਚੇ ਤੋਂ ਪੈਸਾ ਕਮਾਉਣਾ ਮੈਟਰ ਨਹੀਂ ਹੈ ਇਹ ਇਸ ਕਰਕੇ ਰੱਖਿਆ ਗਿਆ ਹੈ ਕਿ ਅਸੀਂ ਬੈਸਟ ਟੀਚਰ ਰੱਖ ਸਕੀਏ ਔਰ ਉਹਨਾਂ ਟੀਚਰਾਂ ਨੂੰ ਅਸੀਂ ਇਹ ਪੇਮੈਂਟ ਕਰ ਸਕੀਏ ਔਰ ਇਹਨਾਂ ਬੱਚਿਆਂ ਨੂੰ ਮਹਤਾਜ ਨਾ ਬਣਾਈਏ ਕਿਸੇ ਦਾ ਵੀ ਤਾਂ ਕਿ ਇਹਨ ਚਰਚ ਜਾਣਾ ਪਵੇ ਔਰ बार-बार ਉੱਥੇ ਮਿੰਤਾ ਕਰਕੇ ਚੰਗੀ ਫੀਸ ਦੇ ਕੇ ਪੜ੍ਹਨਾ ਪਵੇ ਬੱਚੇ ਆਪਣੇ ਘਰ ਬੈਠ ਕੇ ਪੜ੍ਹ ਸਕਦੇ ਨੇ ਕਿਵੇਂ ਪੜ੍ਹ ਸਕਦੇ ਨੇ ਫਿਰ ਤੁਹਾਡੀ ਵੈਲਿਡਿਟੀ ਕੀ ਹੈ ਬੱਚਾ ਨੇ ਜਿਹੜਾ ਨੇ ਸਾਡੇ ਕੋਲ April ਦੇ ਵਿੱਚ ਜੁਆਇਨ ਕੀਤਾ ਅੱਜ ਵੀ ਉਹ ਕੰਟੀਨਿਊ ਬਣੇ ਹੋਏ ਨੇ ਠੀਕ ਹੈ ਲਗਭਗ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵੈਲਿਡਿਟੀ ਦਾ ਮਤਲਬ ਹੈ ਕਿ ਤੁਹਾਡਾ ਜਦ ਤੱਕ ਐਗਜ਼ਾਮ ਨਹੀਂ ਹੁੰਦਾ ਤਦ ਤੱਕ ਉਹ ਰੱਬ ਕਰੇ ਕਿ ਤੁਹਾਡਾ ਐਗਜ਼ਾਮ ਪਾਸ ਹੋਵੇ ਇਸ ਦੇ ਲਈ ਸਾਡੀ ਐਪ ਦੇ ਵਿੱਚ ਮੈਂ ਹਰ ਵੀਕ ਦੇ ਵਿੱਚ ਦੋ ਬਾਰ ਲਾਈਵ ਹੁੰਨਾ ਹੈ ਵਾਇਸ ਮੈਸੇजेस ਪਾਉਨੇ ਆ ਬੱਚਿਆਂ ਦੇ ਨਾਲ ਡਾਇਰੈਕਟ ਕਾਲਸ ਤੇ ਗੱਲਾਂ ਕਰਦੇ ਆਂ ਅਸੀਂ ਕਿ ਪਲੀਜ਼ ਤੁਹਾਡੀ ਪ੍ਰੋਬਲਮ ਦੱਸੋ ਸਾਨੂੰ ਤੁਹਾਡੀ ਪ੍ਰੋਬਲਮ ਦੱਸੋ ਸਾਨੂੰ ਤਾਂ ਕਿ ਅਸੀਂ ਉਹਦਾ ਹੱਲ ਕਰ ਸਕੀਏ ਇਹ ਹੱਲ ਕਿਦਾਂ ਹੋਏਗਾ ਜਦ ਤੱਕ ਤੁਹਾਡੇ ਕੋਲੇ 20-25 ਟੀਚਰਾਂ ਦੀ ਟੀਮ ਹੋਏਗੀ ਦੋਸਤੋ ਅਸੀਂ 100% ਵਰਕਿੰਗ ਇਸ ਕਰਕੇ ਕਰ ਰਹੇ ਆਂ ਦੂਸਰੀ ਗੱਲ ਕੀ ਹੈ ਅਸੀਂ ਤੁਹਾਨੂੰ ਈ-ਬੁੱਕਸ ਦਿੰਨੇ ਆ ਇਸ ਕਰਕੇ ਦਿੰਨੇ ਆ ਕਿ ਤੁਹਾਡੇ ਤੇ ਕਿਤਾਬਾਂ ਦਾ ਬੋਝ ਨਾ ਬਣੇ ਕਿਉਂਕਿ ਖਰੀਦੋਂ ਕਿਉਂ ਖਰੀਦੋਂ ਕਿਉਂ ਪੈਸਾ ਲਾਉ ਤੁਸੀਂ ਠੀਕ ਹੈ ਸਾਨੂੰ ਤੁਹਾਨੂੰ ਯਾਨੀ ਪ੍ਰੋਪਰ ਪੇਪਰ ਦੇ ਅਕੋਰਡਿੰਗ অথੈਨਟਿਕ ਤੁਹਾਨੂੰ ਕੰਟੈਂਟ ਦੇ ਰਹੇ ਆ ਕਿਸ ਵਾਸਤੇ ਦੇ ਰਹੇ ਆ ਤੁਹਾਡੀ ਬਿਹਤਰੀ ਦੇ ਲਈ ਤੁਹਾਡੇ ਅੱਗੇ ਟੀਰ ਲਾ ਦਿੰਨੇ ਆ ਬੁਕਸ ਦਾ ਜੇ ਐਦਾਂ ਹੀ ਕਿਸੇ ਸਿਆਣੇ ਨੇ ਆਪਾਂ ਸਿਆਣੇ ਬਣਨਾ ਹੁੰਦਾ ਕੰਧਾਂ ਤੇ ਬਹੁਤ ਗਿਆਨ ਲਿਖਿਆ ਪਿਆ ਹੋਵੇਗਾ ਸਕੂਲਾਂ ਚੱਲ ਜਿਓ ਬੜਾ ਬਥੇਰਾ ਗਿਆਨ ਲਿਖ ਸਲੋਗਨ ਲਿਖੇ ਪਏ ਆ ਦੋਸਤੋ ਐਦਾਂ ਨਹੀਂ ਹੁੰਦਾ ਪ੍ਰੋਸੈਸ ਦੇ ਜ਼ਰੀਏ ਤੁਹਾਨੂੰ ਛੋਟਾ ਛੋਟਾ ਦਿੱਤਾ ਟਾਸਕ ਤੁਸੀਂ ਕਰ ਲੋਗੇ ਤੁਹਾਨੂੰ ਵਜਨ ਨਹੀਂ ਲੱਗੇਗਾ ਫਿਰ ਇਹਦੇ ਚ ਕੀ ਹੈ ਕਿ ਅਸੀਂ ਇਹਦੇ ਵਿੱਚ ਇਹ ਕੀਤਾ ਕਿ ਤੁਹਾਡੇ ਟੌਪ ਇਹਨਾਂ ਟੌਪਿਕ ਵਾਈਜ਼ ਲਾਈਵ ਟੈਸਟ ਨੂੰ ਹਾਲਾਂਕਿ ਸੀ ਵਿੱਚ ਰੋਕਤਾ ਸੀਗਾ ਬਿਕੋਜ਼ ਕਿਉਂ ਰੋਕਤਾ ਸੀ ਕਿਉਂਕਿ ਸਾਨੂੰ ਸੈਟ ਅਪ ਹੋਣ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸੀਗਾ ਔਰ ਅਸੀਂ ਇਹਨਾਂ ਨੂੰ ਬਿਲਕੁਲ ਮੰਡੇ ਤੋਂ ਲਾਈਵ ਕਰ ਰਹੇ ਹਾਂ ਹੁਣ ਟੌਪਿਕ ਟੈਸਟ ਕੀ ਹੁੰਦਾ ਹੈ ਸਾਡੇ ਟੌਪਿਕ ਟੈਸਟ ਸਾਡੇ ਹੋਏਗਾ ਜਿਵੇਂ ਮੈਂ ਤੁਹਾਨੂੰ ਟਾਰਗੇਟ ਦਿੱਤਾ 3 ਦਿਨ ਪਹਿਲਾਂ ਯਾਨੀ 1 ਵੀਕ ਦਾ ਆਲਰੇਡੀ ਸ਼ਡਿਊਲ ਦਿੱਤਾ ਹੈ 1 ਵੀਕ ਦਾ ਸ਼ਡਿਊਲ ਦਿੱਤਾ ਪ੍ਰਪੇਅਰ ਤੁਸੀਂ ਕਰਨਾ ਤੁਹਾਨੂੰ ਮੰਨ ਲਓ ਵੀ ਟੌਪਿਕ ਕਰਵਾਇਆ ਕੋਈ ਦਿੱਕਤ ਆ ਰਹੀ ਹੈ ਟੈਸਟ ਲੈ ਲਿਆ ਟੈਸਟ ਦੇ ਵਿੱਚ ਕੱਟ ਆਏਗਾ ਪੂਰਾ ਟੈਸਟ ਮੈਂ ਦੁਬਾਰੇ ਹੱਲ ਕਰਾਵਾਂਗਾ ਆਨਲਾਈਨ ਹੋ ਕੇ ਹੱਲ ਕਰਾਉਣ ਤੋਂ ਬਾਅਦ ਸਾਡਾ ਟੀਚਰ ਤੁਹਾਨੂੰ ਇੱਕ ਇੱਕ ਚੀਜ਼ ਤੇ ਸਪੋਰਟ ਕਰੇਗਾ ਮੇਰੇ ਸਾਥੀ ਮੇਰੇ ਦੋਸਤ ਪੜ੍ਹਨਾ ਨਹੀਂ ਪੜ੍ਹਨਾ ਇਟਸ ਯੋਰ ਜ਼ਿੰਮੇਦਾਰੀ ਬਟ ਅਸੀਂ ਕੰਮੀ ਨਹੀਂ ਛੱਡਾਂਗੇ ਸਮਝ ਆ ਗਿਆ ਜੀ ਇਸ ਤੋਂ ਇਲਾਵਾ ਜੇ ਕੋਈ ਤੁਹਾਨੂੰ ਇੰਨੀ ਕਰਕੇ ਦੇ ਰਿਹਾ ਇਹ ਇਸ ਕਰਕੇ ਕਰਕੇ ਦੇ ਰਿਹਾ ਸੀ ਨਹੀਂ ਕਹਿੰਦੇ ਕਿ ਅਸੀਂ ਬਿਹਤਰ ਵਾਸਤੇ ਕਰ ਰਹੇ ਹਾਂ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਤੁਸੀਂ ਕਿਸੇ ਦੇ ਲਈ ਇਹ ਸੋਚੋ ਨਾ ਤੁਹਾਨੂੰ ਇਹ ਚੀਜ਼ ਮਹਿਸੂਸ ਹੋਵੇ ਕਿ ਯਾਰ ਅੱਜ ਡਿਜੀਟਲ ਸਿਸਟਮ ਦੇ ਵਿੱਚ ਘਰ ਬੈਠਿਆਂ ਬੜੀਆਂ ਤਕੜੀਆਂ ਸਹੂਲਤਾਂ ਮਿਲ ਗਈਆਂ ਮੈਂ ਇਸ ਕਰਕੇ ਤੁਹਾਨੂੰ ਸਹੀ ਰਸਤਾ ਦਿਖਾਵਾਂਗਾ ਮੈਂ ਇਸ ਕਰਕੇ ਕਹਿਨ ਨੂੰ ਮੈਨੂੰ ਹਜ਼ਾਰਾਂ ਬੱਚੇ ਬੁਖਦੇ ਨੇ ਸਰ ਬੁਕਸ ਰეკਮੈਂਡ ਕਰ ਦੋ ਅਸੀਂ ਕਹਿ ਦਿੰਦੇ ਆ ਭਾਈ ਮੈਥਸ ਲਈ ਆਰ ਐਸ ਅਗਰਵਾਲ ਰੀਜਨਿੰਗ ਦੇ ਲਈ ਆਰ ਐਸ ਅਗਰਵਾਲ ਚੁੱਕ ਲੋ ਇੰਗਲਿਸ਼ ਦੇ ਲਈ ਇਲੂਸ਼ਨਟ ਚੁੱਕ ਲੋ ਬੋਲੇ ਜੀ ਵੋਕੈਬਲਰੀ ਮੈਂ ਕਹਿੰਦਾ ਦਾ ਹਿੰਦੂ ਪੇਪਰ ਚੁੱਕ ਲੋ ਪਰ ਮੈਨੂੰ ਦੱਸੋ ਕਿ ਅਗਰ ਬੁਕਸ ਤੋਂ ਪੜ ਕੇ ਆਪਾਂ ਸਾਰੇ ਬੱਚੇ ਸਿਲੈਕਸ਼ਨ ਕਰਾ ਲੈਂਦੇ ਤਾਂ ਤੁਹਾਡੇ ਚੋਂ ਹਜ਼ਾਰਾਂ ਬੱਚਿਆਂ ਕੋਲੇ ਹਜ਼ਾਰਾਂ ਬੁਕਸ ਪਈਆਂ ਨੇ ਕਿੰਨੇ ਜਣੇ ਭਰਤੀ ਹੋ ਜਾਂਦੇ ਨੇ ਹਰ ਸਾਲ ਨੇਵਰ ਤੁਹਾਡੇ ਚੋਂ ਬਹੁਤੇ ਬੱਚੇ ਉਹ ਵੀ ਨੇ ਜਿਹੜੇ ਕਹਿ ਦਿੰਦੇ ਆ ਕਿ ਭਰਤੀਆਂ ਹਮੇਸ਼ਾ ਪੈਸੇ ਨਾਲ ਹੁੰਦੀ ਤੁਸੀਂ ਤਾਂ ਦੁਨੀਆ ਦੇ ਹਰ ਕੋਨੇ 'ਚ ਜਾ ਕੇ ਬੈਠ ਸਕਦੇ ਹੋ ਡੰਕੇ ਦੀ ਚੋਟ ਤੇ ਆਪਣੀ ਜਗ੍ਹਾ ਬਣਾ ਸਕਦੇ ਹੋ ਤੁਸੀਂ ਸਮਝ ਆ ਗਿਆ ਜੀ ਫਿਰ ਕੀ ਹੈ ਸਾਡੇ ਕੋਲੇ ਸਾਡੇ ਕੋਲੇ ਡਾਊਟ ਕਲੀਅਰਿੰਗ ਸਟਾਫ ਹੈ ਡਾਊਟ ਕਲੀਅਰਿੰਗ ਸਟਾਫ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਵਿਦਿਨ 10 ਮਿੰਟਸ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰਿਪਲਾਈ ਕਰੀਏ ਹਾਂ ਡਿਊ ਟੂ ਟੈਕਨੀਕਲ ਰੀਜ਼ਨ ਜਾਂ ਨੈਟਵਰਕ ਇਸ਼ੂ ਕਰਕੇ ਕਈ ਵਾਰੀ ਕਈ ਮੈਸੇजेस ਟਾਈਮ ਟੂ ਟਾਈਮ ਨਹੀਂ ਡਿਲੀਵਰ ਹੁੰਦੇ ਉਹਨਾਂ ਦੇ ਲਈ ਸਭ ਕਿਸੇ ਨੂੰ ਪਤਾ ਹੈ ਆਦਰਵਾਇਜ਼ ਅਸੀਂ 100% ਇਸ ਚੀਜ਼ ਤੇ ਪੂਰੇ ਉੱਤਰਦੇ ਹਾਂ ਹੁਣ ਰਹੀ ਗੱਲ ਹੈ ਕਿ ਸਾਡੇ ਕੋਲੇ ਬੱਚੇ ਕਿੰਨੇ ਨੇ ਸਾਡੇ ਕੋਲੇ ਬੱਚੇ ਤਕਰੀਬਨ ਤਕਰੀਬਨ ਕਿੰਨੇ ਬੱਚੇ ਸਪੈਸ਼ਲ ਬੈਚਾਂ ਚ ਜੁੜੇ ਆ ਮੈਂ ਤੁਹਾਨੂੰ ਅਨਾਉਂਸ ਕਰਨਾ ਚਾਹੁੰਦਾ ਇਸ ਚੀਜ਼ ਤੇ ਔਰ ਮੈਂ ਤੁਹਾਨੂੰ ਦਿਖਾ ਵੀ ਦਵਾਗਾ ਦੇਖੋ ਸ ਠੀਕ ਹੈ ਫਿਰ ਪੀਪੀਐਸਸੀ ਪ੍ਰਿੰਸੀਪਲ ਫਿਰ ਪੀਪੀਐਸਸੀ ਫੰਕਸ਼ਨਲ ਮੈਨੇਜਰ ਪਟਵਾਰੀ ਦੇ ਤਕਰੀਬਨ 7 ਬੈਚ ਚੱਲ ਰਹੇ ਨੇ ਇਸ ਤੋਂ ਇਲਾਵਾ ਕੀ ਹੈ ਪੁਲਿਸ ਸਬ ਇੰਸਪੈਕਟਰ ਦੇ 2 ਬੈਚਸ ਚੱਲ ਰਹੇ ਨੇ ਇਸ ਤੋਂ ਇਲਾਵਾ ਸਾਡੇ ਕੋਲੇ ਕੀ ਚੱਲ ਰਿਹਾ ਐ ਐਂਟੀਪੀਸੀ ਦਾ ਬੈਚ ਚੱਲ ਰਿਹਾ ਹੈ एनटीपीसी ਦਾ ਠੀਕ ਹੈ ਉਸ ਤੋਂ ਇਲਾਵਾ ਸਾਡੇ ਕੋਲੇ ਬੈਚ ਚੱਲ ਰਿਹਾ ਅਕੇਲੇ ਮੈਦ ਦਾ ਫਿਰ ਮੈਨਚੁਰੇਸ਼ਨ ਦਾ ਲਾਈਵ ਬੈਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅਗਲੇ ਮਹੀਨੇ ਠੀਕ ਹੈ ਇਸ ਤੋਂ ਇਲਾਵਾ ਆਪਾਂ ਅਗਲੇ ਮਹੀਨੇ ਮਤਲਬ ਅਗਲੇ ਹਫਤਿਆਂ ਤੱਕ ਸ਼ੁਰੂ ਕਰ ਦਾਂਗੇ 15 ਅਗਸਤ ਤੱਕ ਰੱਬ ਨੇ ਚਾਹਿਆ ਤਾਂ ਠੀਕ ਹੈ ਇਸ ਤੋਂ ਇਲਾਵਾ ਦੇਖੋ ਸਾਡੇ ਕੋਲੇ ਕੀ ਹੈ ਕੰਪਲੀਟ ਜੀਕੇ ਦਾ ਕੋਰਸ ਹੈ ਸਾਡੇ ਕੋਲੇ ਯਾਨੀ ਇਸ ਤੋਂ ਇਲਾਵਾ ਸਾਡੇ ਕੋਲੇ ਕੀ ਹੈ ਵਕਫ ਬੋਰਡ ਦਾ ਸਪੈਸ਼ਲ ਕੋਰਸ ਚੱਲ ਰਿਹਾ ਹੈ ਸਾਡੇ ਕੋਲੇ ਇਸ ਤੋਂ ਇਲਾਵਾ ਸਾਡੇ ਕੋਲੇ ਕੀ ਹੈ ਇਸ ਤੋਂ ਇਲਾਵਾ ਜੇ ਜ਼ਿਕਰ ਕਰੀਏ ਤਾਂ ਸਾਡੇ ਕੋਲੇ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਬੈਚਸ ਰਨ ਹੋ ਰਹੇ ਨੇ ਹੋ ਸਕਦਾ ਹੈ ਸੈਪਰੇਟ ਇੰਗਲਿਸ਼ ਦਾ ਬੈਚ ਚੱਲ ਰਿਹਾ ਹੈ ਸਾਡੇ ਕੋਲੇ ਇਸ ਤੋਂ ਇਲਾਵਾ ਸਾਡੇ ਕੋਲੇ ਕੀ ਸੈਪਰੇਟ ਕੰਪਿਊਟਰ ਦਾ ਬੈਚ ਚੱਲ ਰਿਹਾ ਹੈ ਸਾਡੇ ਕੋਲੇ ਇਸ ਤੋਂ ਇਲਾਵਾ ਸੈਪਰੇਟ ਅਕਾਊਂਟ ਦਾ ਬੈਚ ਚੱਲ ਰਿਹਾ ਹੈ ਸਾਡੇ ਕੋਲੇ ਸੈਪਰੇਟ ਐਗਰੀਕਲਚਰ ਦਾ ਬੈਚ ਚੱਲ ਰਿਹਾ ਹੈ ਸਾਡੇ ਕੋਲੇ ਠੀਕ ਹੈ ਇਹਨਾਂ ਬੈਚਸ ਨੂੰ ਕਰਨ ਤੋਂ ਬਾਅਦ ਔਰ ਮੈਂ ਅੱਜ ਵੀ ਕਹਿਣਾ ਔਰ ਕੱਲ ਵੀ ਕਮਾਂਗਾ ਰੱਬ ਮੇਰੀ ਗੱਲ ਨੂੰ ਕੋਈ ਮੈਂ ਕਹਿ ਸਕਦਾ ਕਿ ਉਦਾਂ ਲਾਈਕ ਤੁਸੀਂ ਸਮਝ ਸਕਦੇ ਹੋ ਨਜ਼ਰ ਨਾ ਲਾਵੇ ਪਰਮਾਤਮਾ ਨੇ ਚਾਹਿਆ ਤਾਂ ਤੁਹਾਨੂੰ ਗਾਰੰਟੀ ਨਾਲ ਕਹਿ ਸਕਦਾ ਕਿ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਗਿਲਜ਼ ਮੈਂਟਰ ਤੋਂ ਸਟੱਡੀ ਕਰਨ ਵਾਲੇ ਦਾ ਸਿਲੈਕਸ਼ਨ ਹੋਏਗਾ ਔਰ ਹੋਇਆ ਵੀ ਹੈ ਪੀਐਸਪੀਸੀਐਲ ਦੇ ਵਿੱਚ ਬੱਚਿਆਂ ਨਾਲ ਥੋੜੇ ਤੇ ਮਿਹਨਤ ਕਰਕੇ 100% ਸਟੱਡੀ ਕਰਾਈ ਹੈ ਇਸ ਕਰਕੇ ਕਰਵਾਈ ਹੈ ਠੀਕ ਹੈ ਹੁਣ ਦੇਖੋ ਤੁਹਾਨੂੰ ਟੈਸਟ ਸੀਰੀਜ਼ ਦੀ ਬਹੁਤ ਜ਼ਰੂਰਤ ਹੁੰਦੀ ਦੁਨੀਆ ਦੇ ਕਿਸੇ ਕੋਨੇ ਤੋਂ ਤੁਸੀਂ ਸਟੱਡੀ ਕਰੋ ਕਿਸੇ ਬੁੱਕਸ ਤੋਂ ਕਰੋ ਤੁਹਾਨੂੰ ਨਹੀਂ ਪਤਾ ਅੱਖਾਂ ਬੰਦ ਕਰਕੇ ਕਰਦੇ ਰਹਿਣੇ ਆ ਠੀਕ ਹੈ ਪਰੰਤੂ ਰੀਜ਼ਨ ਕੀ ਹੈ ਸਾਨੂੰ ਸਟੱਡੀ ਕਰਨ ਦੇ ਨਾਲ-ਨਾਲ ਸਾਡੇ ਮੌਕ ਟੈਸਟ ਮਸਟ ਹੋ ਜਾਂਦੇ ਨੇ ਮੌਕ ਟੈਸਟ ਮਸਟ ਇਸ ਕਰਕੇ ਹੋ ਜਾਂਦੇ ਵੀ ਸਾਡੇ ਕਿਹੜੇ ਸੈਕਸ਼ਨ ਚ ਮਜ਼ਬੂਤੀ ਹੈ ਕਿਹੜੇ ਚ ਕਮੀ ਹੈ ਜਿੱਥੇ ਕਮੀ ਹੈ ਸਾਨੂੰ ਹੋਰ ਜਾ ਕੇ ਠੀਕ ਕਰਨਾ ਪੈਗਾ ਔਰ ਜਿਹੜੇ ਚ ਮਜ਼ਬੂਤੀ ਹੈ ਉਹਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ ਇਸ ਕਰਕੇ ਟੈਸਟ ਸੀਰੀਜ਼ ਸਾਡੀ ਵੈਬਸਾਈਟ ਤੇ ਵੀ ਅਵੇਲੇਬਲ ਹੈ ਔਰ ਸਾਡੀ ਐਪ ਤੇ ਵੀ ਜਿਆਦਾ ਸਾਡੇ ਕੋਲੇ ਮੌਕ ਟੈਸਟ ਅਵੇਲੇਬਲ ਨੇ ਠੀਕ ਹੈ ਇਸ ਕਰਕੇ ਹਰ ਇੱਕ ਪੇਪਰ ਦੇ ਲੈਵਲ ਨੂੰ ਲੈ ਕੇ অথੈਨਟਿਕ اور ਪ੍ਰੋਪਰਲੀ ਰਿਸਪੌਂਸਿਬਿਲਟੀ ਦੇ ਨਾਲ ਇੱਕ ਮੌਕ ਟੈਸਟ ਬਣਾਈਦਾ ਹੈ ਤਾਂ ਕਿ ਤੁਹਾਨੂੰ ਉਸ ਦਾ 100% ਫਾਇਦਾ ਹੀ ਹੋਏਗਾ ਹੁਣ ਜੇ ਦੋਸਤੋ ਗੱਲ ਕਰਦੇ ਹਾਂ ਇਸ ਤੋਂ ਇਲਾਵਾ ਕਿ ਹਾਂ ਰਹੀ ਗੱਲ ਬੱਚਿਆਂ ਦੀ ਕਿ ਠੀਕ ਹੈ ਜੀ ਕਲਾਸਾਂ ਚੱਲ ਰਹੀਆਂ ਹੁਣ ਅੱਗੇ ਕੀ ਹੋਏਗਾ ਅੱਗੇ ਇਸ ਕਰਕੇ ਹੋਏਗਾ ਕਿ ਪੰਜਾਬ 'ਚ ਕੋਈ ਸੋਚ ਵੀ ਨਹੀਂ ਸਕਦਾ ਕਰੇਗਾ ਕਿਉਂ ਬਿਕੋਜ਼ ਇਹ ਕਰਾਂਗੇ ਕਿ ਸਾਡੇ ਕੋਲੇ ਜੇ ਪਹਿਲੇ ਬੈਚ ਦਾ ਬੱਚਾ ਹੈ ਜਾਂ ਦੂਜੇ ਬੈਚ ਦਾ ਹੈ ਜਾਂ ਤੀਜੇ ਬੈਚ ਦਾ ਹੈ ਜਾਂ ਚੌਥੇ ਬੈਚ ਦਾ ਹੈ ਜਾਂ ਪੰਜਵੇਂ ਬੈਚ ਦਾ ਹੈ ਛੇਵੇਂ ਬੈਚ ਦਾ ਹੈ ਸੱਤਵੇਂ ਬੈਚ ਦਾ ਹੈ ਅੱਠਵੇਂ ਬੈਚ ਦਾ ਹੈ ਰੱਬ ਕਰੇ ਬਹੁਤ ਸਾਰੇ ਬੈਚ ਅੱਗੇ ਬਣਨ ਇਹਨਾਂ ਬੱਚਿਆਂ ਦਾ ਐਗਜ਼ਾਮ ਤੋਂ ਮਹੀਨਾ ਪਹਿਲਾਂ ਇੱਕ ਮਹੀਨਾ ਪਹਿਲਾਂ ਇਹ ਮੈਂ ਔਨ ਰਿਕਾਰਡ ਕਹਿ ਰਹੇ ਹਾਂ ਇਸੇ ਵੀ ਬੈਚ ਦੇ ਬੱਚਾਂ ਦੇ ਲਈ ਸੁਪਰ ਐਕਸਪ੍ਰੈਸ ਹੋਏਗਾ ਸੁਪਰ ਐਕਸਪ੍ਰੈਸ ਮਤਲਬ ਲਗਾਤਾਰ 6 6 ਘੰਟੇ 7 7 ਘੰਟੇ ਹੱਲਾ ਬੋਲ ਕਲਾਸਾਂ ਲਗਾਤਾਰ ਵਰਕਸ਼ੀਟਾਂ ਅਸਾਈਨਮੈਂਟ ਕਰੋ ਸਬਮਿਟ ਕਰੋ ਡਾਊਟਸ ਸਾਨੂੰ ਪੁੱਛੋ ਆਜੋ ਪੇਪਰ ਦੇ ਤਾਂ ਇਹ ਟਾਸਕ ਕਰਤਾ ਮੈਂ ਕਹਿੰਨਾ ਇੰਨਾ ਜ਼ਬਰਦਸਤ ਕੰਮ ਕਰਨਾ ਕਿ ਤੁਹਾਡੇ ਨੂੰ ਇੱਕ ਪ੍ਰੋਮਿਸ ਕੀਤਾ ਸੀਗਾ ਵਾਹਿਗੁਰੂ ਨੇ ਬਹੁਤ ਲਾਗਿਓ ਹੋ ਕੇ ਸੁਣਿਆ ਸੀ ਮੈਂ ਅੱਜ ਤੁਹਾਡੇ ਨਾਲ ਕਹਿ ਸਕਦਾ ਤੁਹਾਡੇ ਸਹਿਯੋਗ ਨਾਲ ਤੁਹਾਡੇ ਪਿਆਰ ਨਾਲ ਇਹ 2017 2018 ਦੇ ਵਿੱਚ ਮਿਸ਼ਨ ਸੋਚਿਆ ਸੀ ਕਿ ਪੰਜਾਬ ਦਾ ਇੱਕ ਐਹੋ ਜਿਹਾ ਪਲੈਟਫਾਰਮ ਬਣਾਈਏ ਜਿੱਥੇ ਸਾਡਾ ਬੱਚਾ ਬਾਹਰ ਜਾਣ ਦਾ ਮਹਤਾਜ ਨਾ ਹੋਵੇ ਔਰ ਇਹੋ ਪਲੈਟਫਾਰਮ ਤੁਹਾਡੇ ਲਈ ਹੋਏਗਾ ਔਰ ਇਸ ਨੂੰ ਇੰਨਾ ਜ਼ਿਆਦਾ ਸਥਾਪਿਤ ਕਰ ਦੇਣਾ ਠੀਕ ਹੈ ਦੂਸਰੀ ਗੱਲ ਇਹ ਹੈ ਕਿ ਬੱਚਾ ਸੋਚਦਾ ਸੀ ਕਿ ਚੰਡੀਗੜ੍ਹ ਜਾ ਕੇ ਮੇਰਾ ਸਿਲੈਕਸ਼ਨ ਹੋਏਗਾ ਨਹੀਂ ਚੰਡੀਗੜ੍ਹ ਤੁਹਾਡੇ ਘਰ ਪਹੁੰਚ ਗਿਆ ਦੋਸਤੋ ਅਸੀਂ ਤੁਹਾਨੂੰ ਐਜ਼ ਏ ਟੀਚਰ ਤਰ੍ਹਾਂ ਤੁਹਾਨੂੰ ਐਜ਼ ਏ ਅਸੀਂ ਟੀਚਰ ਬਣ ਕੇ ਟ੍ਰੀਟ ਨਹੀਂ ਕਰਦੇ ਆ ਐਜ਼ ਏ ਫਰੈਂਡ ਬਣ ਕੇ ਟ੍ਰੀਟ ਕਰਦੇ ਆ ਮੇਰੇ ਕੋਲੇ ਰਾਤ ਨੂੰ 10 ਵਜੇ ਵੀ ਕਾਲ ਆ ਜਾਏ ਨਾ ਤਾਂ ਮੈਂ ਉਸ ਨੂੰ ਰਿਪਲਾਈ ਕਰਦਾ ਹਾਂ ਸਮਝ ਆ ਗਿਆ ਜੀ ਇਸ ਕਰਕੇ ਸਾਡੀ ਸਪੈਸ਼ਲਿਸਟੀ ਜ਼ਿਆਦਾ ਆ ਸਾਡੇ ਕੋਲੇ ਸਪੈਸ਼ਲ ਕਲਾਸਾਂ ਅਗਰ ਐਮਫਸਾਈਜ਼ ਨਹੀਂ ਹੈ ਤੁਸੀਂ ਜੁਆਇਨ ਕਰਨਾ ਕਰ ਸਕਦੇ ਹੋ ਤੁਸੀਂ ਨਹੀਂ ਕਰ ਸਕਦੇ ਕੋਈ ਦਿੱਕਤ ਨਹੀਂ ਹੈ 100% ਤੁਹਾਡੀ ਸਪੋਰਟ ਕਰਾਂਗੇ ਅਸੀਂ ਠੀਕ ਹੈ ਫ੍ਰੀ ਚ ਟੈਸਟ ਸੀ ਜੁਆਇਨ ਕਰੋ 100% ਤੁਹਾਨੂੰ ਰੈਲੇਵੈਂਟ ਮਿਲੇਗੀ ਫ੍ਰੀ ਦੇ ਵਿੱਚ ਈ ਬੁਕਸ ਤੁਹਾਡੇ ਐਗਜ਼ਾਮ ਤੋਂ ਆਉਣ ਤੋਂ ਪਹਿਲਾਂ ਅਸੀਂ ਡਿਲੀਵਰ ਕਰਾਂਗੇ ਅੱਜ ਵੀ ਕਹਿੰਨੇ ਕੱਲ ਵੀ ਕਹਿੰਨੇ ਇਹ ਨਹੀਂ ਵੀ ਤੁਹਾਨੂੰ ਦਸਾਂ ਸਵਾਲਾਂ ਦੀ ਇੱਕ ਵਰਕਸ਼ੀਟ ਦੇਤੀ ਥੈਟਸ ਓਕੇ ਬੱਲੇ ਬੱਲੇ ਹੋ ਗਿਆ ਨੈਵਰ ਜੀ ਠੀਕ ਹੈ ਇੱਥੇ ਕੋਈ bizness ਕਰਨਾ ਮਤਲਬ ਨਹੀਂ ਹੈ ਇੱਥੇ ਇਹ ਕਿ ਬੱਚੇ ਨੂੰ ਬਿਹਤਰ ਸਿਲੈਕਸ਼ਨ ਦੇਣਾ ਠੀਕ ਹੈ ਫ੍ਰੀ ਟੌਪਿਕ ਵਾਈਜ਼ ਅਸੀਂ PDF ਦਿੰਨੇ ਆ ਹੁਣ ਤੁਹਾਨੂੰ ਮੈਂ vision ਦੱਸਣਾ ਸਾਡਾ ਕੀ vision ਸਾਡਾ ਕੀ ਹੈ ਸਾਡਾ vision ਕੀ ਹੈ ਕਿ ਜਿਵੇਂ ਅਸੀਂ ਪਟਵਾਰੀ ਦੇ ਵਿੱਚ ਜਿਵੇਂ ਤੁਹਾਨੂੰ ਹੁਣ ਟੌਪਿਕ ਕਰਵਾਇਆ ਇਸ ਟੌਪਿਕ ਦੀ ਵਰਕਸ਼ੀਟ ਦੇਣੀ ਪਲੱਸ ਉਹਦਾ ਟਾਰਗੇਟ PDF ਦੇਣਾ ਇਹਨਾਂ ਦੋਨਾਂ ਚੀਜ਼ਾਂ ਨੂੰ ਹੱਲ ਕਰਉਣਾ ਫਿਰ ਇਹਨਾਂ 'ਚੋਂ ਡਾਊਟ ਪੁੱਛਣੇ ਸਮਝ ਆ ਗਿਆ ਫਿਰ ਇਸ ਤੋਂ ਪਹਿਲਾਂ ਜਿਵੇਂ 1 ਮਹੀਨਾ ਪਹਿਲਾਂ ਦੱਸਿਆ 1 ਮਹੀਨਾ ਪਹਿਲਾਂ ਤੁਹਾਡਾ ਇੰਨਾ ਜ਼ਬਰਦਸਤ ਤੁਹਾਡੇ ਇੱਕ ਤੂਫਾਨ ਖੜਾ ਕਰ ਦੇਣਾ ਹੈ ਬੱਚੇ ਨੂੰ ਘਰੋਂ ਬਲਾ ਬਲਾ ਕੇ ਪੜਨ ਪੜਾਉਣਾ ਹੈ ਸੀ ਵੀ ਆ ਬਈ ਆ ਸ਼ੇਰ ਬਗਿਆ ਤੂੰ ਪੜਨਾ ਤੇਰੇ ਨਾਲ ਖੜੇ ਮੋਢਾ ਲਾ ਕੇ ਔਰ ਅੱਜ ਵੀ ਖੜੇ ਕੱਲ੍ਹ ਵੀ ਖੜਾਂਗੇ ਠੀਕ ਹੈ ਅੱਗੇ ਤੇਰੀ ਮਰਜ਼ੀ ਹੈ ਤੂੰ ਮੈਰਿਟ ਚ ਆ ਰਿਹਾ ਨਹੀਂ ਆ ਰਿਹਾ ਪਰ ਇਹ ਨਹੀਂ ਹੋਏਗਾ ਕਿ ਪੰਜਾਬ ਦੇ ਵਿੱਚ ਜੇ 50000 ਪੋਸਟਾਂ ਆਉਂਦੀਆਂ ਨਾ ਤਾਂ ਇਥੋਂ ਗਿਲਜ ਮੈਂਟਰ ਤੋਂ ਪੜਨ ਵਾਲਾ ਹਰ ਸ਼ਖਸ ਇਸ ਭਰਤੀਆਂ ਦੇ ਵਿੱਚ ਜਾਏਗਾ ਮੈਂ ਔਨ ਰਿਕਾਰਡ ਕਹਿ ਰਿਹਾ ਠੀਕ ਹੈ ਭਾਈ ਦੇਖੋ ਜੀ ਗਿਲਜ਼ Mentor ਕੋਲੇ ਅਲੱਗ-ਅਲੱਗ ਟੈਸਟ ਸੀਰੀਜ਼ ਅਵੇਲੇਬਲ ਹੈ ਤੁਸੀਂ ਜੇ ਜੁਆਇਨ ਕਰਨਾ ਚਾਹੋ ਨੇ ਕਰ ਸਕਦੇ ਹੋ ਮੈਂ ਤੁਹਾਨੂੰ ਇਹੋ ਕਵਾਂਗਾ ਕਿ ਸਾਡਾ ਇੱਕੋ ਇੱਕ ਮਿਸ਼ਨ ਹੈ ਸਾਡਾ ਮਿਸ਼ਨ ਹੈ ਕਿ ਯੋਰ ਸਕਸੈਸ ਸਾਡਾ ਕੀ ਮਿਸ਼ਨ ਹੈ ਯੋਰ ਸਕਸੈਸ ਇਜ਼ ਕਿਆ ਹੈ आवर ਮਿਸ਼ਨ ਇਹ ਗਿਲਜ਼ ਮੈਂਟਰ ਦੀ ਥੀਮ ਹੈ ਮੇਰੇ ਪਿਆਰੇ ਦੋਸਤੋ ਜਿੰਨੇ ਵੀ ਮੇਰੇ ਰਿਸਪੈਕਟਡ ਨੇ ਮੇਰੀ ਏਜ ਤੋਂ ਵੱਡੇ ਨੇ ਮੇਰੇ ਹਮ ਉਮਰ ਨੇ ਮੇਰੇ ਪਿਆਰੇ ਨੇ ਜਿੰਨੇ ਵੀ ਲੋਕ ਨੇ ਪਲੀਜ਼ ਇਸ ਸੈਸ਼ਨ ਨੂੰ ਮੈਕਸਿਮਮ ਸ਼ੇਅਰ ਕਰਿਓ ਔਰ YouTube ਦੀਆਂ ਲਾਈਵ ਕਲਾਸਸ ਤੁਸੀਂ ਡੇਲੀ ਅਟੈਂਡ ਕਰਨਾ ਨਹੀਂ ਭੁੱਲਣਾ ਬਹੁਤ ਜਲਦੀ ਜ਼ਬਰਦਸਤ ਤਰੀਕੇ ਨਾਲ ਅਸੀਂ ਤੁਹਾਡੇ ਲਈ ਪ੍ਰੈਪਰੇਸ਼ਨ ਕੰਟੀਨਿਊ ਕਰਵਾਉਂਦੇ ਰਵਾਂਗੇ ਡੇਲੀ ਬਹੁਤ ਤਕੜੀਆਂ ਲਾਈਵ ਕਲਾਸਾਂ ਹੋਣਗੀਆਂ ਅੱਗੇ ਕਿਉਂਕਿ ਇਹ ਜੋ 10 ਮਹੀਨੇ ਅਗਲੇ ਇਹ 10 ਮਹੀਨੇ ਸਾਡੀ ਤਕਦੀਰ ਬਦਲ ਕੇ ਰੱਖ ਦੇਣਗੇ ਇਹ ਮੈਂ ਤੁਹਾਨੂੰ ਕਹਿ ਦਿੰਦਾ ਕਿ ਬਾਕੀ ਫਿਰ ਅਸੀਂ ਅਦਰਵਾਈਜ਼ ਅਸੀਂ ਫਿਰ ਸੜਕਾਂ ਤੇ ਬੈਠਣ ਜੋਗਰੇ ਰਵਾਂਗੇ ਰੈਲੀਆਂ ਦੇ ਵਿੱਚ ਇਹ ਚੀਜ਼ ਦਾ ਖਿਆਲ ਕਰ ਲਿਓ ਠੀਕ ਹੈ ਅਗਰ ਕੋਈ ਸਟੂਡੈਂਟਸ ਚਾਹੁੰਦਾ ਹੈ ਕਿ ਕੰਬੋ ਪੈਕ ਦੇ ਵਿੱਚ ਤਿਆਰੀ ਕਰ ਲੇ ਪੰਜਾਬ ਦੇ ਸਾਰੇ ਪੇਪਰਾਂ ਦੇ ਲਈ ਤਾਂ ਉਹ ਵੀ ਸਾਡੀ ਐਪ ਇੰਸਟਾਲ ਕਰ ਲੇ ਤੇ ਗੈਰੰਟਿਡ ਮੈਂ ਕਹਿ ਸਕਦਾ ਹਾਂ ਕਿ ਉਸ ਨੂੰ ਬਹੁਤ ਜ਼ਬਰਦਸਤ ਤਰੀਕੇ ਨਾਲ ਪ੍ਰੈਪਰੇਸ਼ਨ ਦਾ ਮੌਕਾ ਮਿਲੇਗਾ ਦੋਸਤੋ ਇਹ ਉਹ ਮੇਰਾ ਮੈਸੇਜ ਹੈ ਤੁਸੀਂ ਇਹਨੂੰ ਢਿਲੇ ਨਾਲ ਸਮਝੋ ਤੁਸੀਂ ਇਹ ਨਾ ਸੋਚੋ ਕਿ ਪੋਸਟਾਂ ਡਿਲੇ ਐ ਇਦਾਂ ਡਿਲੇ ਓਦਾਂ ਡਿਲੇ ਐ ਭਰਤੀਆਂ ਆਉਣਗੀਆਂ ਤੁਹਾਡੇ ਸਾਹਮਣੇ ਦੀ ਨਿਕਲ ਜਾਣਗੀਆਂ ਫੜਨਾ ਤੁਸੀਂ ਐ ਕੈਚ ਤੁਸੀਂ ਕਰਨਾ ਐ ਇਹ ਚੀਜ਼ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਐ ਉਮੀਦ ਕਰਦਾ ਹਾਂ ਤੁਹਾਨੂੰ ਸਾਰੀ ਜਾਣਕਾਰੀ ਸਮਝ ਲੱਗ ਗਈ ਹੋਵੇਗੀ ਦਿਨ ਰਾਤ ਮਿਹਨਤ ਕਰਨੀ ਐ ਕਿਸੇ ਵੀ ਸਟੂਡੈਂਟਸ ਨੂੰ ਕੋਈ ਵੀ ਹੈਲਪਲਾਈਨ ਦੀ ਜ਼ਰੂਰਤ ਐ 9041043677 ਤੇ ਕਾਲ ਕਰਨਾ ਐ ਇੱਥੇ ਕਾਲ ਕਰਕੇ ਤੁਸੀਂ ਸਾਰੀ ਜਾਣਕਾਰੀ ਸਾਨੂੰ ਲੈ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਬੇਸ਼ਕੀਮਤੀ ਸਮਾਂ ਦਿੱਤਾ ਤੁਹਾਡਾ ਦਿਨ ਬਹੁਤ ਚੰਗਾ ਹੋਵੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਮਿਲਦੇ ਆਂ ਫਿਰ ਆਪਾਂ ਨੈਕਸਟ ਤਦ ਤੱਕ ਖਿਆਲ ਰੱਖੋ ਹੈਵ ਅ ਨਾਈਸ ਡੇ ਟੇਕ ਕੇਅਰ ਬਾਏ ਬਾਏ